सब्सक्राइब करो पंजाबी रील टीवी। ट्रेलवी नप दो। नप दो। हेलो जी, माय नेम इज रमी सिंह एंड शी इज दिलप्रीत कौर। सत श्री अकाल। सो गाइज, अज आपां एक बार फिर रिएक्शन देवांगे नेशनल एंथम ऑफ पाकिस्तान, जिन्हों की कौमी तराना कहते हैं। बिल्कुल जी, कौमी तराना भी कहते हैं। सो जिहड़ा नेशनल एंथम पाकिस्तान का जो लिखा गया सी, वह हाफिज़ जलंधरी जी द्वारा लिखा गया सी जून 1952 दे विच। एंड जिहड़ा म्यूजिक क्रिएट किया गया सी, वह अहमद जी चागला वालों किया गया सी 21 अगस्त 1949 नूं। सो मेरे ख्याल म्यूजिक पहला क्रिएट कर दिता गया ना 1949 विच, ते लिरिक्स 1952 विच दे दसे इन्हां ने। हुण इह सानूं नहीं पता की कन्फ्यूजन है। सो जिहड़ा इह पाकिस्तान वालों अडोप्ट किया गया उह सी 1954 दे विच, मतलब 1954 दे विच ऑफिशियली अनाउंस कर दिता गया कि यह नैशनल एंथम है भी तुहाडा पाकिस्तान का, ठीक है। एंड जिहड़ा सब तो पहला रिकॉर्ड किया गया सी ना, जिन्हां ने, उन्हां दा नाम सीगा अहमद रशदी, ठीक है जी। सो इन्हां ने 1954 दे विच ही रिकॉर्ड किया सी जदों ऑफिशियली यह अनाउंस किया गया सी, ठीक है। सो अज आपां एक कौमी तराना दी एक होर वीडियो देखांगे जो कि एक म्यूजिकल होएगी, नैशनल एंथम ऑफ पाकिस्तान। कैद्रियम, कैद्रियम एक शायद बैंड का नाम है, आई थिंक मे बी। सो ये वीडियो अज तुहाडे नाल देखांगे। सो बने रहो चैनल वीडियो शुरू तो लैके एंड तक, तो अपने चैनल नूं हुणे जी सबसक्राइब कर लो, जिन्होंने नहीं किया कर लो, जिन्होंने किया होया वो भी कर लो, दोबारा नहीं अनसबसक्राइब हो जाएगा, दोबारा नहीं करना एक बार कर लो। सो प्रेस द बेल आइकन एज वेल, तो जो नोटिफिकेशन तुहाडे फोन है तुहानू मिल जाए। सो वीडियो करांगे शुरू हुणे, लेट गेट स्टार्टेड। कैद्रियम प्रेजेंट्स द नेशनल एंथम ऑफ पाकिस्तान। गाइज, ऑफिशियल लिंक इन द डिस्क्रिप्शन बिलो, प्लीज गो एंड चेक देयर चैनल एज वेल। पूरे पाकिस्तान नूं दिखाणगे मैनूं लगदा इहदे विच, शायद दिखाणगे मनमणी सिंह। एक एक बंदे का प्रोफेशन दिखा रहे हैं ना। हाँ जी। हिंदू सिख दिखा रहे हैं। Oh, what effect!
ਓਕੇ ਸੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਜੋ ਪਾਕਿਸਤਾਨ ਦਾ ਨੈਸ਼ਨਲ ਐਂਥਮ ਆ ਉਹਨੂੰ ਇੱਕ ਵੱਖਰੀ ਕਿਸਮ ਨਾਲ ਇੱਕ ਯੂਨੀਕ ਵੇ ਦੇ ਨਾਲ ਆਪਾਂ ਨੂੰ ਪ੍ਰੈਜੈਂਟ ਕੀਤਾ ਗਿਆ ਅਤੇ ਆਪਾਂ ਉਹ ਅੱਜ ਤੁਹਾਡੇ ਨਾਲ ਦੇਖਿਆ। ਹਾਂਜੀ ਅਤੇ ਇੱਕ ਨਾ ਇਹਨਾਂ ਨੇ ਸਾਰੀ ਚੀਜ਼ਾਂ ਦੱਸਦੇ ਪਾਕਿਸਤਾਨ 'ਚ ਕੀ ਕੀ ਹੁੰਦਾ, ਹਾਂ ਕੀ ਕੀ ਕੰਮ ਹੁੰਦੇ ਆ, ਐਂਡ ਵੀ ਕਬੱਡੀ ਵੀ ਹੁੰਦੀ ਹੈ ਇਹ ਵੀ ਦੱਸਦਾ। ਮਤਲਬ ਇਹਨਾਂ ਨੇ ਸਭ ਚੀਜ਼ਾਂ ਸਪੋਰਟਸ ਤੋਂ ਲੈ ਕੇ ਇੱਕ ਨੋਰਮਲ ਬੰਦੇ ਦੀ ਜ਼ਿੰਦਗੀ ਹੈ ਨਾ, ਵੀ ਜੋ ਬੰਦਾ ਇੱਕ ਵਾਲੀ ਸ਼ੌਪ ਵੀ ਦਿਖਾਈ ਹੈ ਨਾ ਹਲਕੀ ਜੀ, ਵੀ ਇੱਕ ਕਾਮਨ ਮੈਨ ਦਿਖਾਉਣ ਦੀ ਟਰਾਈ ਕੀਤੀ ਇਹਨਾਂ ਨੇ ਵੀ ਕਾਮਨ ਮੈਨ ਦੀ ਲਾਈਫ ਕਿੱਦਾਂ ਹੁੰਦੀ, ਉਹਦਾ ਰੁਜ਼ਗਾਰ ਕਿੱਦਾਂ ਚੱਲਦਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕਮਿਊਨਿਟੀਜ਼ ਵੀ ਦਿਖਾਤੀਆਂ ਸਾਰੀਆਂ, ਹਿੰਦੂ ਕਮਿਊਨਿਟੀ ਦਿਖਾਤੀ ਜਿੱਦਾਂ ਮੰਦਰ ਵਿੱਚ, ਸਿੱਖ ਮੁੰਡਾ ਦਿਖਾਤਾ ਇੱਕ, ਐਂਡ ਜਿੱਦਾਂ ਇਹਨਾਂ ਨੇ ਮੰਦਰ ਦਿਖਾਇਆ ਉੱਦਾਂ ਗੁਰਦੁਆਰਾ ਸਾਹਿਬ ਵੀ ਦਿਖਾਉਣਾ ਚਾਹੀਦਾ ਸੀਗਾ ਵੈਸੇ। ਚਲੋ ਕੋਈ ਗੱਲ ਨਹੀਂ, ਬਟ ਜੇ ਵੀਡੀਓ ਦੀ ਗੱਲ ਕਰੀਏ ਤਾਂ ਮਿਊਜ਼ਿਕ ਵਾਜ਼ ਸੋ ਡਿਫਰੈਂਟ, ਮਤਲਬ ਇੰਨਾ ਯੂਨੀਕ ਜਿਹਾ ਲੱਗਾ ਮੈਨੂੰ। ਅਤੇ ਜਿਸ ਢੰਗ ਨਾਲ ਉਹਨਾਂ ਨੇ ਕੰਪੋਜ਼ ਕੀਤੀ ਹੈ, ਇਹ ਕੰਪੋਜੀਸ਼ਨ ਮੈਨੂੰ ਬਹੁਤ ਅੱਛੀ ਲੱਗੀ ਹੈ ਨਾ, ਵੀ ਵਿੱਚ ਵਿੱਚ ਕਿੱਦਾਂ ਇਹਨਾਂ ਨੇ ਯੂਜ਼ ਕੀਤਾ ਉਹਨੂੰ, ਕਦੇ ਸਲੋ ਕਦੇ ਫਾਸਟ, ਹੈ ਨਾ। ਅਤੇ ਜਿਹੜੀ ਉਹ ਵਾਇਲਨ ਜੀ ਵੱਜ ਰਹੀ ਸੀ ਉਹਦੇ ਨਾਲ ਇੱਕ ਪੂਰਾ ਮਾਹੌਲ ਬਣਿਆ ਪਿਆ ਸੀਗਾ, ਮੈਂ ਸੀਰੀਅਸਲੀ ਵੀਡੀਓ ਦੇ ਵਿੱਚ ਖੁੱਪ ਗਿਆ ਸੀਗਾ। ਹੈ ਛੋਟੀ ਜੀ ਛੋਟੀ ਜੀ ਵੀਡੀਓ ਸੀਗੀ, ਇਹ ਥੋੜ੍ਹੀ ਹੋਰ ਲੰਬੀ ਹੋਣੀ ਚਾਹੀਦੀ ਸੀ, ਪਰ ਹਾਂ ਨਹੀਂ ਠੀਕ ਹੈ ਜਿੰਨੀ ਹੱਦ ਤੱਕ ਹੈ ਵਧੀਆ ਬਣੀ ਹੈ। ਪਰ ਇੱਕ ਗੱਲ ਹੈ ਨਾ, ਆਪਾਂ ਵੀਡੀਓ ਦੇ ਵਿੱਚ ਦੇਖਿਆ ਵੀ ਕਿੰਨੇ ਫੁਟੇਜ ਇਹਨਾਂ ਨੇ ਯੂਜ਼ ਕੀਤੇ ਆ, ਸੋ ਇੰਨੇ ਫੁਟੇਜ ਜੇ ਇਹਨਾਂ ਨੇ ਪਰਸਨਲੀ ਸ਼ੂਟ ਕੀਤੇ ਆ ਤਾਂ ਫਿਰ ਤਾਂ ਵੀ ਬਹੁਤ ਟਾਈਮ ਲੱਗ ਜਾਊਗਾ। ਜੇ ਵੈਸੇ ਇੰਟਰਨੈਟ ਤੋਂ ਆਨਲਾਈਨ ਬਾਏ ਕੀਤੇ ਆ ਜਾਂ ਮਿਲ ਜਾਂਦੇ ਆ, ਹੈ ਨਾ, ਸੋ ਉੱਦਾਂ ਕਿਤੇ ਉਹ ਵੱਖਰੀ ਗੱਲ ਆ, ਬਟ ਜਿੱਦਾਂ ਇੱਕ ਇੱਕ ਪਰਸਨ ਦਾ ਵੱਖਰਾ ਵੱਖਰਾ ਇਹਨਾਂ ਨੇ ਸ਼ੂਟ ਲਿਆ ਹੋਇਆ ਅਤੇ ਸਭ ਦਾ ਇੱਕ ਫੇਸ 'ਤੇ ਨੋ ਉਹ ਹੁੰਦਾ ਨਾ, ਜਿੱਦਾਂ ਨੋ ਇੰਪ੍ਰੈਸ਼ਨ, ਬਿਨਾਂ ਇੰਪ੍ਰੈਸ਼ਨ ਤੋਂ ਸਭ ਦੇ ਫੇਸ ਲਏ ਆ ਇਹਨਾਂ ਨੇ, ਉਹ ਚੀਜ਼ ਮੈਨੂੰ ਬੜੀ ਇੱਕ ਡਿਫਰੈਂਟ ਜੀ ਯੂਨੀਕ ਜੀ ਲੱਗੀ ਹੈ ਨਾ। ਮਤਲਬ ਬਹੁਤ ਟਾਈਮ ਲੱਗੂਗਾ ਉਹਨਾਂ ਇਹਨਾਂ ਨੂੰ ਬਣਾਉਣ ਲੱਗੇ ਵੀਡੀਓ ਜੇ ਇਹਨਾਂ ਨੇ ਬਣਾਈ ਹੈ ਤਾਂ, ਜੇ ਖੁਦ ਮਤਲਬ ਸਾਰੇ ਸ਼ੂਟ ਲਏ ਉਹਨਾਂ ਨੇ, ਨਾਲੇ ਫਾਸਟ ਫਾਸਟ ਦਿਖਾਈ ਨਾ, ਫਿਰ ਉਹਨਾਂ ਦੀ ਡਿਫੀਕਲਟ ਹੈ, ਆਪਾਂ ਕਹਿ ਰਹੇ ਹਾਂ ਛੋਟੀ ਵੀਡੀਓ, ਉਹਨਾਂ ਲਈ ਬਹੁਤ ਦਿਨ ਲੱਗ ਗਏ ਹੋਣਗੇ। ਸਹੀ ਗੱਲ ਹੈ, ਆਪਾਂ 3 ਮਿੰਟ ਦੇ ਵਿੱਚ ਵੇਖ ਕੇ ਵੀਡੀਓ ਨੂੰ ਜੱਜ ਕਰਨਾ ਸ਼ੁਰੂ ਕਰ ਦਿੰਦੇ ਹਾਂ, ਬਟ ਚਲੋ ਬਟ ਇੱਕ ਗੱਲ ਕਰੂੰਗਾ, ਜਿਵੇਂ ਹੁਣ ਵੀ ਜਿੰਨੇ ਵੀ ਸੀਨ ਆਪਾਂ ਦੇਖੇ ਆ ਨਾ, ਕੋਈ ਵੀ ਸੀਨ ਇੱਦਾਂ ਦਾ ਨਹੀਂ ਸੀਗਾ ਜਿਹੜਾ 2 ਤੋਂ 3 ਮੇਰੇ ਖਿਆਲ 3 ਸੈਕਿੰਡ ਤੋਂ ਵੀ ਜ਼ਿਆਦਾ ਟਾਈਮ ਸਕਰੀਨ 'ਤੇ ਟਿਕਿਆ ਹੋਵੇ ਇੱਕ ਸੀਨ, ਹੈ ਨਾ, ਕੋਈ ਮਤਲਬ ਬਹੁਤ ਜ਼ਿਆਦਾ ਸ਼ੂਟ ਕੀਤਾ। ਹਾਂ 3 ਮਿੰਟ ਦੇ ਵਿੱਚ ਹੁਣ ਦੇਖੋ ਤੁਸੀਂ ਵੀ ਜੇ 3 ਸੈਕਿੰਡ ਇੱਕ ਸੀਨ ਲੈ ਰਿਹਾ ਤਾਂ ਕਿੰਨੇ ਸੀਨਸ ਹੋ ਗਏ, ਹੈ ਨਾ। ਸੋ ਉਸ ਢੰਗ ਨਾਲ ਦੇਖਿਆ ਜਾਵੇ ਤਾਂ ਮਿਹਨਤ ਕਾਫੀ ਬਹੁਤ ਲੱਗੀ ਹੈ। ਸੋ ਬਟ ਜਿਹੜਾ ਉਹਨਾਂ ਨੇ ਕੋ ਪਲੇ ਕਰ ਰਹੇ ਸੀ ਨਾ, ਉਹ ਵੀ ਮੈਨੂੰ ਬੜਾ ਅੱਛਾ ਲੱਗਾ, ਡਰਮ ਉਹ ਇੱਕ ਅਗਰੈਸ਼ਨ ਨਾਲ ਮਤਲਬ ਪਲੇ ਕਰ ਰਿਹਾ ਸੀ ਬੰਦਾ ਵਾਲਾ ਡਰਮ, ਮਤਲਬ ਉਹਦੇ ਫੇਸ 'ਤੇ ਇੱਕ ਅਗਰੈਸ਼ਨ ਦੇਖ ਰਿਹਾ ਸੀਗਾ। ਹੁਣ ਇਹ ਨਹੀਂ ਪਤਾ ਕਿ ਉਹ ਅਗਰੈਸ਼ਨ ਕਿਸ ਢੰਗ ਨਾਲ ਸੀਗਾ, ਹੈ ਨਾ, ਵੀ ਕਿਉਂ ਦਿਖਾਇਆ ਗਿਆ, ਉਹਦੇ ਪਿੱਛੇ ਕੀ ਲੌਜਿਕ ਆ। ਅਤੇ ਮਤਲਬ ਮੈਨੂੰ ਅੱਛਾ ਲੱਗਿਆ ਦੇਖ ਕੇ ਉਹਨਾਂ ਨੂੰ, ਵੀ ਇੱਕ ਬੰਦਾ ਪੂਰਾ ਪ੍ਰਾਊਡ ਮੂਮੈਂਟ ਹੁੰਦੀ ਨਾ ਇੱਕ ਪੂਰੇ ਜੋਸ਼ ਨਾਲ ਅੰਦਰੋਂ, ਹੈ ਨਾ, ਕਿ ਅੱਜ ਤਾਂ ਫਾੜ ਦੇਣਾ ਬਾਕੀ ਸਾਰਾ ਕੁਛ, ਉਸ ਟਾਈਪ ਦੀ ਵੀਡੀਓ ਸੀਗੀ, ਬਹੁਤ ਚੰਗੀ ਲੱਗੀ ਯਾਰ। ਬਾਕੀ ਪਲੇਸਿਸ ਇਹਨਾਂ ਨੇ ਵੱਖਰੀਆਂ ਵੱਖਰੀਆਂ ਯੂਜ਼ ਕੀਤੀਆਂ, ਕਦੇ ਕਿਤੇ ਜਾ ਕੇ ਇਹਨਾਂ ਨੇ ਪਲੇ ਕੀਤੇ ਆ ਇੰਸਟਰੂਮੈਂਟ, ਕਦੇ ਕਿਤੇ ਜਾ ਕੇ, ਕਦੇ ਕਿਹਦੀ ਛੱਤ 'ਤੇ, ਕਦੇ ਕਿਹਦੀ ਛੱਤ 'ਤੇ, ਬਹੁਤ ਜ਼ਿਆਦਾ ਟਾਈਮ ਲੱਗਿਆ ਹੋਣਾ ਇਹਨਾਂ ਨੂੰ ਬਣਾਉਣ ਲੱਗਿਆ, ਆਪਾਂ ਤਾਂ ਸਿਰਫ ਐਂ ਕਹਿ ਤਾ ਵੀ ਬਹੁਤ ਛੋਟੀ ਹੈ, ਬਟ ਜਿਵੇਂ ਵੀ ਸੀ ਬਹੁਤ ਅੱਛੀ ਲੱਗੀ ਵੀਡੀਓ। ਐਂਡ ਇਹ ਵੀਡੀਓ ਅਪਡੇਟਡ ਆ, ਮਤਲਬ ਲੇਟੈਸਟ ਵੀਡੀਓ ਹੈ ਇਹ 2019 ਦੀ ਹੀ ਆ, ਅਤੇ ਬਹੁਤ ਅੱਛੀ ਲੱਗੀ ਯਾਰ। ਪਲੀਜ਼ ਜਾਓ ਅਤੇ ਇਹਨਾਂ ਦਾ ਚੈਨਲ ਸਬਸਕ੍ਰਾਈਬ ਹੁਣੇ ਕਰ ਲਓ, ਐਂਡ ਸਾਨੂੰ ਦੱਸਿਓ ਹੁਣ ਨੀਚੇ ਕਮੈਂਟ ਕਰਕੇ ਕਿ ਤੁਹਾਨੂੰ ਸਾਡਾ ਜਿਹੜਾ ਅੱਜ ਦਾ ਰਿਐਕਸ਼ਨ ਆ ਉਹ ਕਿੱਦਾਂ ਲੱਗਾ, ਅਤੇ ਬਾਕੀ ਹੋਰ ਵੀ ਤੁਸੀਂ ਕੋਈ ਰਿਐਕਸ਼ਨ ਜੋ ਸਾਨੂੰ ਰਿਕੁਐਸਟ ਕਰਨਾ ਚਾਹੁੰਦੇ ਹੋ ਉਹ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਕਰ ਸਕਦੇ ਹੋ। ਬਿਲਕੁਲ ਜੀ, ਅਤੇ ਪੰਜਾਬੀ ਰੀਲ ਟੀ ਵੀ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਹੈ, ਉਹਦੇ ਫੋਲੋ ਕਰਕੇ ਸਾਨੂੰ ਤੁਸੀਂ ਉੱਥੇ ਵੀ ਰਿਕੁਐਸਟ ਕਰ ਸਕਦੇ ਹੋ, ਠੀਕ ਹੈ। ਹਾਂਜੀ, ਮੇਰਾ ਗਲਾ ਬੈਠ ਗਿਆ ਹੋਇਆ, ਵਾਏ ਪਤਾ ਨਹੀਂ ਕਦੋਂ ਵੀਡੀਓ ਬਣਾਉਂਦੇ ਬਣਾਉਂਦੇ। ਓ ਮਾਈ ਗੋਡ ਗਾਈਸ, ਚਲੋ ਮੈਂ ਹੁਣ ਅਸੀਂ ਚੱਲਦੇ ਹਾਂ, ਮੈਂ ਇਹਨਾਂ ਨੂੰ ਥੋੜ੍ਹੀ ਦਵਾਈ ਵਗੈਰਾ ਦੇ ਦਵਾ ਕੇ ਲਿਆਉਣਾ। ਨਹੀਂ ਗਲਾ ਗੁਲਾ ਸੈੱਟ ਕਰ ਦੇਣਾ, ਵੇਖੀ ਗਈ ਵੀਡੀਓ ਵਿੱਚ ਡੁੱਬ ਗਏ। ਚਾਹ ਪੀਓਗੇ? ਚਾਹ ਲੌਂਗ ਲੈਚੀਆਂ ਪਾ ਕੇ ਵਿੱਚ, ਅਦਰਕ ਵਾਲੀ ਚਾਹ ਬਣਾ ਕੇ ਲਿਆਉਂਗੇ? ਮੈਂ ਬਿਲਕੁਲ, ਆਫ ਕੋਰਸ ਗਾਈਸ, ਮੈਂ ਇਹਨਾਂ ਲਈ ਚਾਹ ਬਣਾ ਕੇ ਲਿਆਉਣਾ, ਅਤੇ ਤੁਸੀਂ ਸਾਡੀਆਂ ਨਜ਼ਰ ਬਾਕੀ ਵੀਡੀਓਜ਼ ਇੰਜੋਏ ਕਰੋ। ਸੋ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।